ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੁਣ ਸੀਐਮ ਵਿੰਡੋ ਦੀ ਸ਼ੁਰੂਆਤ ਹੋਈ ਹੈ। ਹਾਲਾਂਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ, ਜਿੰਨੇ ਵੀ ਪ੍ਰਸ਼ਾਸਨਿਕ ਐਡਮਿਨਿਸਟ੍ਰੇਟਿਵ ਬਲਾਕਸ ਨੇ ਉੱਥੇ ਮੁੱਖ ਮੰਤਰੀ ਸਹਾਇਤਾ ਕੇਂਦਰ ਜਿਹੜੇ ਹੈ ਉਹ ਖੋਲ੍ਹੇ ਜਾਣਗੇ। ਕਿਉਂਕਿ ਇਹਦਾ ਮਕਸਦ ਕੀ ਹੈ? ਇਹਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ ਖੁਆਰੀ ਨਾ ਹੋ। ਔਰ ਕਿਸ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕੀਤੀ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਕਿਸ ਤਰ੍ਹਾਂ ਦਾ ਇੱਥੇ ਕੰਮ ਚੱਲ ਰਿਹਾ ਔਰ ਸੀਐਮ ਵਿੰਡੋ ਦਾ, ਕਿਉਂਕਿ ਮਕਸਦ ਕੀ ਹੈ? ਮਕਸਦ ਇਹੀ ਹੈ ਕਿ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਜਾਂ ਕਿਸੇ ਦੇ ਕੋਈ ਗ੍ਰੀਵੈਂਸ ਨੇ ਜਾਂ ਕਿਸੇ ਤਰ੍ਹਾਂ ਦੀ ਕਾਫੀ ਟਾਈਮ ਤੋਂ ਕੋਈ ਦਿੱਕਤ ਚੱਲ ਰਹੀ ਹੈ, ਉਹਨਾਂ ਦਾ ਕੰਮ ਨਹੀਂ ਹੋ ਰਿਹਾ, ਤਾਂ ਸਿੱਧਾ ਆ ਕੇ ਸੀਐਮ ਵਿੰਡੋ ਤੇ ਆਪਣੀ ਕੰਪਲੇਂਟ ਰਜਿਸਟਰ ਕਰਾ ਸਕਦੇ ਹੋ। ਔਰ ਇਹ ਪੂਰੀ ਆਨਲਾਈਨ ਹੈ, ਇਹ ਜਿਹੜਾ ਵੀ ਪੋਰਟੇਬਲ ਜਿਹੜਾ ਐਪਲੀਕੇਸ਼ਨ ਹੈ ਇਹ ਪੂਰਾ ਆਨਲਾਈਨ ਹੈ। ਇਹ ਸਿੱਧਾ ਜਿਹੜਾ ਹੈਗਾ ਅਫਸਰਾਂ ਦੇ ਕੋਲ, ਸਿੱਧਾ ਸੀਨੀਅਰ ਅਧਿਕਾਰੀਆਂ ਦੇ ਕੋਲ ਪਹੁੰਚ ਕੇ ਜਿੰਨੀ ਵੀ ਜਿਹੜੀ ਕੋਈ ਪ੍ਰੋਬਲਮ ਹੈ ਕਿਸੇ ਵੀ ਜਿਹੜਾ ਡਿਪਾਰਟਮੈਂਟ ਦੀ, ਇਹ ਸਾਰਾ ਇਸ ਕੰਪਿਊਟਰ ਦੇ ਵਿੱਚ ਇੱਕ ਸੌਫਟਵੇਅਰ ਤਿਆਰ ਕੀਤਾ ਗਿਆ। ਔਰ ਇਸ ਸੌਫਟਵੇਅਰ ਦਾ ਮਕਸਦ ਇਹੀ ਹੈ ਕਿ ਸਿੱਧਾ ਡਾਇਰੈਕਟ ਜਿਹੜਾ ਸੀਨੀਅਰ ਅਧਿਕਾਰੀਆਂ ਦੇ ਕੋਲ, ਮੰਤਰੀਆਂ ਕੋਲ ਜਾਏ ਅਤੇ ਉਹ ਜਿਸ ਤਰ੍ਹਾਂ ਦੀ ਜਿਹੜੇ ਵੀ ਡਿਪਾਰਟਮੈਂਟ ਹੈ ਉਸ 'ਤੇ ਜਾ ਕੇ ਇਹ ਪੂਰਾ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਪ੍ਰੋਸੈਸ ਹੈ, ਕਿਸ ਇਹ ਕਿੱਥੇ ਫਸਿਆ ਹੋਇਆ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਇਹਦਾ ਪੂਰਾ ਚੈੱਕ ਕੀਤਾ ਜਾਵੇ। ਸਾਡੇ ਨਾਲ ਸੀਨੀਅਰ ਆਫਿਸਰ ਨੇ, ADC ਵਿਰਾਜ ਨੇ, DRO ਸਰ ਨੇ। ਸਰ, ਕਿਉਂਕਿ ਸੀਐਮ ਸਾਹਿਬ ਨੇ ਜਿਹੜਾ ਐਲਾਨ ਕੀਤਾ ਸੀਗਾ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਖੋਲ੍ਹਣਾ, ਸੀਐਮ ਵਿੰਡੋ ਦਾ ਮੇਨ ਮਕਸਦ ਕੀ? ਜੈਸੇ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਡਾਇਰੈਕਸ਼ਨ ਕੀਤੇ ਗਏ ਹਨ ਕਿ ਹਰ DC ਆਫਿਸ ਮੇਂ ਸੀਐਮ ਸਾਹਿਬ ਦਾ ਇੱਕ ਤਰ੍ਹਾਂ ਸੇ ਕਹਿ ਸਕਤੇ ਹੈ ਉਨਕਾ ਹੀ ਰਿਪ੍ਰੈਜੈਂਟੇਟਿਵ ਹੈ, ਉਨਕਾ ਹੀ ਆਫਿਸ ਖੁਲੇਗਾ। ਉਸੀ ਤਰ੍ਹਾਂ ਸੇ ਉਸੀ ਡਾਇਰੈਕਸ਼ਨ ਕੇ ਮੁਤਾਬਿਕ ਹਮਨੇ ਜ਼ਿਲ੍ਹਾ DAC SAS ਨਗਰ ਵਿਖੇ ਇਹ ਸੀਐਮ ਵਿੰਡੋ ਹਮਨੇ ਸਟਾਰਟ ਕੀ ਹੈ। ਇਸਮੇਂ ਕੋਈ ਵੀ ਬੰਦਾ ਜਿਸਕੋ ਆਪਣੀ ਕੰਪਲੇਂਟ ਰਜਿਸਟਰ ਕਰਵਾਨੀ ਹੈ, ਸੀਐਮ ਦਫ਼ਤਰ ਆਪਣੀ ਕੰਪਲੇਂਟ ਪਹੁੰਚਾਨੀ ਹੈ, ਕਿਸੇ ਵੀ ਲੈਵਲ ਵੀ ਹੋ ਸਕਦੀ ਹੈ, ਕਿਸੇ ਵੀ ਡਿਪਾਰਟਮੈਂਟ ਕੀ ਹੋ ਸਕਦੀ ਹੈ, ਉਸਨੇ ਅਗਰ ਸੀਐਮ ਸਾਹਿਬ ਕੋਲ ਆਪਣੀ ਸ਼ਿਕਾਇਤ ਪਹੁੰਚਾਨੀ ਹੈ ਤੋ ਉਸਕੋ ਚੰਡੀਗੜ੍ਹ ਜਾਣੇ ਕੀ ਲੋੜ ਨਹੀਂ ਹੈ। ਉਹ ਆਪਣੇ DC ਆਫਿਸ ਜਾ ਕਰ ਸੀਐਮ ਵਿੰਡੋ ਮੇਂ ਇਹ ਦਰਖਾਸਤ ਖੁਦ ਆ ਕਰ ਯਹਾਂ ਰਜਿਸਟਰ ਕਰਵਾ ਸਕਤਾ ਹੈ। ਯਹਾਂ ਇੱਕ ਜੋ ਪੋਰਟਲ ਬਣਾ ਹੁਆ ਹੈ ਹਮਾਰਾ, ਉਸਮੇਂ ਹਮਾਰਾ ਜੋ ਸਟਾਫ ਬੈਠਤਾ ਹੈ, ਦੇ ਵਿਲ ਐਂਟਰ ਆਲ ਡਿਟੇਲਸ ਐਂਡ ਵੋ ਕੰਪਲੇਂਟ ਸਕੈਨ ਕਰਕੇ ਵੀ ਵਹਾਂ ਅਪਲੋਡ ਕੀਤੀ ਜਾਂਦੀ ਹੈ। ਹੁਣ ਸੈਕਟਰੀਏਟ ਜਾਣ ਦੀ ਲੋੜ ਨਹੀਂ ਸਰ, ਜਿੱਦਾਂ ਲੋਕ ਪਹਿਲੇ ਜਾਂਦੇ ਸੀਗੇ ਉੱਥੇ ਜਾ ਕੇ ਜਿਹੜੇ ਵੱਖ ਵੱਖ ਡਿਪਾਰਟਮੈਂਟਸ ਨੇ ਉੱਥੇ ਜਾ ਕੇ ਜਿਹੜੇ ਮਿਲਦੇ ਸੀ ਅਫਸਰਾਂ ਨੂੰ, ਹੁਣ ਸਿੱਧਾ ਇੱਥੇ ਹੀ ਹੋ ਜਾਏ, ਸਾਰੀ ਕੰਪਲੇਂਟ ਇੱਥੇ ਹੀ ਹੋ ਜਾਏਗੀ। ਉਹ ਸਾਰੀ ਕੰਪਲੇਂਟ ਹਮੇਂ ਦੇ ਕਰ ਹਮ ਇਸ ਪੋਰਟਲ ਪਰ ਅਪਲੋਡ ਕਰ ਦੇਂਗੇ ਔਰ ਜੋ ਵੀ ਰਿਲੇਵੈਂਟ ਡਿਪਾਰਟਮੈਂਟ ਹੋਗਾ ਉਸਕੋ ਫਾਰਵਰਡ ਕੀਤੀ ਜਾਏਗੀ ਬਾਈ ਸੀਐਮ ਆਫਿਸ। ਸਰ, ਥੋੜ੍ਹਾ ਜਿਹਾ ਪੋਰਟਲ ਦਾ ਥੋੜ੍ਹਾ ਜਿਹਾ ਬਰੀਫ ਕਰ ਦਿਓ ਕਿ ਕਿਸ ਤਰ੍ਹਾਂ ਇਹ ਕੰਮ ਕਰਦਾ ਹੈ ਅਤੇ ਜਿਹੜਾ ਵੀ ਕੋਈ ਵੀ ਪਰਸਨ ਆ ਕੇ ਇੱਥੇ ਕਿਸ ਤਰ੍ਹਾਂ ਜਿਹੜਾ ਪ੍ਰੋਸੈਸ ਹੈ, ਕਿਉਂਕਿ ਕਈ ਵਾਰੀ ਲੋਕਾਂ ਨੂੰ ਪ੍ਰੋਸੈਸ ਪਤਾ ਨਹੀਂ ਚੱਲਦਾ। ਯਹਾਂ ਕੋਈ ਵੀ ਪਰਸਨ ਆ ਕਰ, ਕੋਈ ਵੀ ਸਿਟੀਜ਼ਨ ਆ ਕਰ ਯਹਾਂ ਆਪਣੀ ਕੰਪਲੇਂਟ ਰਿਟਰਨ ਮੇਂ ਦੇ ਸਕਤਾ ਹੈ। ਇਸਮੇਂ ਹਮਾਰੇ ਜੋ ਕੁਝ ਬਲੈਂਕਸ ਫੀਲਡਸ ਹੈ, ਨਾਮ ਹੈ, ਉਨਕਾ ਐਡਰੈਸ ਹੈ, ਕੰਟੈਕਟ ਨੰਬਰ ਹੈ, ਉਨਕਾ ਕੰਪਲੇਂਟ ਕਿਸ ਰਿਲੇਟਿਡ ਹੈ, ਇਹ ਸਾਰੀ ਡਿਟੇਲਸ ਫਿਲ ਕੀਤੀ ਜਾਏਗੀ ਐਂਡ ਉਸਕੇ ਬਾਅਦ ਮੇਂ ਜੋ ਰਿਟਰਨ ਕਾਪੀ ਹੋਗੀ ਉਸਕੀ ਸਕੈਨ ਕਰਕੇ ਵੋ ਵੀ ਅਪਲੋਡ ਕੀਤੀ ਜਾਏਗੀ ਐਂਡ ਇਹ ਫਾਈਨਲ ਕਰਕੇ ਹਮ ਸਬਮਿਟ ਕਰਵਾ ਦਿੱਤਾ ਹੈ। ਕੋਈ ਟਾਈਮ ਲਿਮਿਟ ਜਿਹੜੀ ਕਿਸੇ ਤਰ੍ਹਾਂ ਦੀ ਜਾਂ ਕੋਈ ਟਾਈਮ ਬਾਉਂਡ ਦਿੱਤਾ ਗਿਆ? ਕੋਈ ਵੀ ਜਿਹੜਾ ਪਰਸਨ ਹੈ, ਕਿਸੇ ਦਾ ਕੰਮ ਰੁਕਿਆ ਹੋਇਆ ਸਾਲ ਤੋਂ 6 ਮਹੀਨੇ ਤੋਂ 2 ਸਾਲ ਤੋਂ, ਨਹੀਂ ਐਸੇ ਕੁਝ ਟਾਈਮ ਲਿਮਿਟ ਨਹੀਂ ਹੈ, ਕੋਈ ਵੀ ਸਿਟੀਜ਼ਨ ਆ ਕਰ ਆਪਣੀ ਗ੍ਰੀਵੈਂਸ ਯਹਾਂ ਰਜਿਸਟਰ ਕਰਵਾ ਸਕਦਾ ਹੈ। ਸਰ, ਇਹ ਵੀ ਹੈ ਕਿ ਤੁਹਾਡੇ ਕੋਲ ਜਾਂ DC ਮੈਮ ਕੋਲ ਜਾ ਕੇ ਪਹਿਲਾਂ ਜਿਹੜਾ ਹੈਗਾ ਉਹ ਮਾਰਕ ਕਰਾ ਕੇ ਫਿਰ ਉਸ ਤੋਂ ਬਾਅਦ ਇੱਥੇ ਆਉਂਦੇ? ਨਹੀਂ, ਇਸਕੀ ਲੋੜ ਨਹੀਂ ਹੈ। ਅਗਰ ਉਹ ਕੁਝ ਕੋਈ ਸਿਟੀਜ਼ਨ ਹਮਾਰੇ ਪਾਸ ਆ ਕਰ ਕੋਈ ਬਤਾਨਾ ਚਾਹਤਾ ਹੈ ਵੈਸੇ ਵੀ ਆ ਸਕਤਾ ਹੈ, ਅਗਰ ਡਾਇਰੈਕਟਲੀ ਯਹਾਂ ਆ ਕਰ ਕੋਈ ਆਪਣੀ ਕੰਪਲੇਂਟ ਰਜਿਸਟਰ ਕਰਵਾਉਣਾ ਚਾਹਤਾ ਹੈ ਤਾਂ ਵੈਸੇ ਵੀ ਕਰਵਾ ਸਕਤਾ ਹੈ। ਕਿਸ ਤਰ੍ਹਾਂ ਦਾ ਰਿਜ਼ਲਟ ਮਿਲ ਰਿਹਾ ਜੇ ਆਪਾਂ ਗੱਲ ਕਰੀਏ ਥੋੜ੍ਹੇ ਦਿਨ ਪਹਿਲਾਂ ਹੀ ਸ਼ੁਰੂਆਤ ਕੀਤੀ? ਡੇਲੀ ਦੇਖੀਏ ਹਮਾਰੇ ਪਾਸ 4 ਸੇ 5 ਕੰਪਲੇਂਟਸ ਆਤੀ ਹੈ, ਅਬ ਤੱਕ ਹਮਾਰੇ ਪਾਸ ਅਰਾਊਂਡ 20 ਕੰਪਲੇਂਟਸ ਆ ਗਈ ਹੈ। ਦੈਟ ਕੰਪਲੇਂਟ ਹੈਜ਼ ਬੀਨ ਮਾਰਕ ਟੂ ਡਿਫਰੈਂਟ ਰਿਲੇਵੈਂਟ ਡਿਪਾਰਟਮੈਂਟਸ ਔਰ ਉਸ ਪਰ ਕਾਰਵਾਈ ਚੱਲ ਰਹੀ ਹੈ। ਹਜੇ ਤੱਕ ਕੋਈ ਸ਼ਾਰਟ ਆਊਟ ਹੋਇਆ ਜੇ ਤੁਸੀਂ ਕਿਹਾ ਕਿ 20 ਤੋਂ ਪਲੱਸ ਜਿਹੜੀ ਜਹਾਂ ਜੋ ਕੰਪਲੇਂਟ ਕੁਝ ਹਮਾਰੇ ਲੈਵਲ ਪਰ ਹੀ ਥੀ, ਇੱਕ ਦੋ ਕੰਪਲੇਂਟਸ ਵੋ ਸੋਲਵ ਹੋ ਗਈ ਹੈ, ਜੋ ਬਾਕੀ ਡਿਪਾਰਟਮੈਂਟਲ ਲੈਵਲ ਪੇ ਚੱਲ ਰਹੀ ਹੈ ਉਸਕੀ ਹਮ ਫਾਲੋ ਅਪ ਲੇ ਰਹੇ, ਵੋ ਉਸਕੋ ਜਲਦ ਸੇ ਜਲਦ ਉਸਕਾ ਨਿਪਟਾਰਾ ਹੋ ਜਾਏਗਾ। ਸਟਾਫ ਬਿਠਾਇਆ, ਉਹਨਾਂ ਨੂੰ ਟ੍ਰੇਨਿੰਗ ਸੈਸ਼ਨ ਸਾਰਾ ਕੁਝ ਜਿਹੜਾ ਹੈਗਾ ਪੂਰਾ? ਹਾਂ, ਉਹਨਾਂ ਦੀ ਟ੍ਰੇਨਿੰਗ ਰੈਗੂਲਰਲੀ ਸਟਾਰਟਿੰਗ ਕਰਵਾ ਦਿੱਤੀ ਗਈ ਹੈ ਔਰ ਜੋ ਵੀ ਅਪਡੇਟਸ ਹਮੇ ਗਵਰਨਮੈਂਟ ਵੱਲੋਂ ਆਤੇ ਹੈ ਉਹਨਾਂ ਨੂੰ ਇਨਫੋਰਮ ਕੀਤੇ ਜਾਂਦੇ ਹਨ। ਠੀਕ ਹੈ, ਤਾਂ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਇਹ ਪੋਰਟਲ ਪੂਰਾ ਹੈ ਔਰ ਮਕਸਦ ਇਹੀ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਨਾ ਹੋਵੇ ਜਾਂ ਫਿਰ ਜੋ ਹੋਰ ਵੀ ਲੋਕਾਂ ਦੀ ਜਿਹੜੀ ਵੀ ਦਿੱਕਤਾਂ ਨੇ ਉਹਨਾਂ ਨੂੰ ਵੇਖਦੇ ਹੋਏ ਇਹ ਪੂਰਾ ਸੀਐਮ ਵਿੰਡੋ ਦਾ ਜਿਹੜਾ ਪੋਰਟ ਇਹਨੂੰ ਬਣਾਇਆ ਗਿਆ ਹੈ। ਔਰ ਮਕਸਦ ਇਹੀ ਹੈ ਕਿ ਕਿਸੇ ਦੇ ਕੰਮ ਨਹੀਂ ਹੁੰਦੇ ਸੀਗੇ, ਉਹ ਸੈਕਟਰੀਏਟ ਜਾਂਦਾ ਸੀਗਾ, ਵੱਖ ਵੱਖ ਜਿਹੜੇ ਡਿਪਾਰਟਮੈਂਟਸ ਹੈ ਉੱਥੇ ਜਾ ਕੇ ਆਪਣੀ ਪ੍ਰੋਬਲਮਸ ਨੂੰ ਲੈ ਕੇ, ਆਪਣੀ ਜਿਹੜੀ ਵੀ ਉਹਨਾਂ ਦੀ ਪ੍ਰੋਬਲਮਸ ਹੁੰਦੀ ਸੀ, ਗ੍ਰੀਵੈਂਸਸ ਸੀ, ਉਹਨੂੰ ਜਾ ਕੇ ਹਨ। ਲੇਕਿਨ ਹੁਣ ਵੱਖ ਵੱਖ ਮੁੱਖ ਮੰਤਰੀ ਪੰਜਾਬ ਦੇ ਐਲਾਨ ਤੋਂ ਬਾਅਦ ਹੁਣ ਵੱਖ ਵੱਖ ਐਡਮਿਨਿਸਟ੍ਰੇਟਿਵ ਬਲਾਕ ਦੇ ਵਿੱਚ ਸੀਐਮ ਵਿੰਡੋ ਖੋਲ੍ਹੀ ਗਈ ਹੈ ਕਿ ਲੋਕਾਂ ਨੂੰ ਖੱਜਲ ਖੁਆਰੀ ਨਾ ਹੋਵੇ, ਕੋਈ ਵੀ ਦਿੱਕਤ ਹੈ ਇੱਥੇ ਆ ਕੇ ਆਪਣੀ ਜਿਹੜੀ ਰਿਟਰਨ ਦੇਣ ਜਾਂ ਫਿਰ ਆਪਣੀ ਜਿੰਨਾ ਵੀ ਪੂਰਾ ਡਾਟਾ ਹੈਗਾ, ਜਿਹੜੇ ਵੀ ਕੰਸਰਨ ਡਿਪਾਰਟਮੈਂਟ ਹੈ ਉੱਥੇ ਜਾ ਕੇ ਉਹਨਾਂ ਦੀ ਦਿੱਕਤਾਂ ਨੂੰ ਦੱਸਣ ਅਤੇ ਅੱਗੇ
ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ।